23 ਮਾਰਚ 1931 ਉਹ ਦਿਨ ਹੈ ਜਿਸ ਨੂੰ ਅੰਗਰੇਜ਼ੀ ਹਕੂਮਤ ਕਦੇ ਭੁੱਲ ਨਹੀਂ ਸਕਦੀ, ਪਰ ਸਾਡਾ ਦੇਸ਼ ਕਿਤੇ ਨਾ ਕਿਤੇ ਭੁੱਲਦਾ ਜਾ ਰਿਹਾ ਹੈ। ਜੀ ਹਾਂ, ਅਸੀਂ ਗੱਲ ਕਰ ਰਹੇ ਹਾਂ ਸ਼ਹੀਦ ਭਗਤ ਸਿੰਘ ਦੀ, ਜਿਸ ਨੇ ਦੇਸ਼ ਦੀ ਆਜ਼ਾਦੀ ਲਈ ਵੱਡੀ ਕੁਰਬਾਨੀ ਦਿੱਤੀ। ਸ਼ਹੀਦ ਭਗਤ ਸਿੰਘ ਦੇ ਪਾਂਚੇ ਅਤੇ ਅਮਰਜੀਤ ਕੌਰ ਦੇ ਸਪੁੱਤਰ ਪ੍ਰੋਫੈਸਰ ਜਗਮੋਹਨ ਸਿੰਘ ਨੇ ਇਸ ਮੌਕੇ ਕਿਹਾ ਕਿ ਭਗਤ ਸਿੰਘ ਵੱਲੋਂ ਜੋ ਵੀ ਲਿਖਿਆ ਗਿਆ ਸੀ ਉਸ ਤੇ ਕੋਈ ਵੀ ਪਹਿਰਾ ਨਹੀਂ ਦਿੰਦਾ। ਪ੍ਰੋਫੈਸਰ ਜਗਮੋਹਨ ਸਿੰਘ ਆ, ਮੈਂ ਸ਼ਹੀਦ ਭਗਤ ਸਿੰਘ ਦਾ ਪੜ੍ਹੇਵਾਂ। ਮੇਰੇ ਮਦਰ ਬੀਬੀ ਅਮਰ ਕੌਰ ਉਹਨਾਂ ਤੋਂ 3 ਸਾਲ ਛੋਟੇ ਸੀਗੇ, ਤੋ ਇਸ ਕਰਕੇ ਉਹਨਾਂ ਨੂੰ ਬਹੁਤ ਨੇੜੇ ਤੋਂ ਜਾਣਨ ਦਾ ਜਿਹੜਾ ਉਹਨਾਂ ਮੇਰੇ ਮਦਰ ਨੂੰ ਮੌਕਾ ਸੀ ਉਹ ਮੈਨੂੰ ਵੀ ਮਿਲਿਆ। ਮੈਂ ਸਮਝਦਾ ਕਿ ਭਗਤ ਸਿੰਘ ਦਾ ਆਪਣਾ ਹੀ ਕਹਿਣਾ ਸੀ ਕਿ ਮੇਰੀ ਹਵਾ ਮੇ ਰਹੇਗੀ ਖਿਆਲ ਕੀ ਬਿਜਲੀਆਂ, ਮੁਝ ਤੇ ਖਾਕ ਹੈ ਫਾਨੀ ਰਹੇ ਜਾਂ ਨਾ ਰਹੇ। ਤੋ ਉਹਨਾਂ ਦਾ ਸਾਰਾ ਜਿਹੜਾ ਆਪਣੀ ਜ਼ਿੰਦਗੀ ਦਾ ਔਰ ਆਪਣੇ ਸਾਥੀਆਂ ਦਾ ਕਿ ਅਸੀਂ ਇੱਕ ਵਿਚਾਰ ਜਿਹੜੇ ਨੇ ਉਹ ਉਬੀ ਕੇ ਜਾ ਰਹੇ ਹੈਗੇ, ਔਰ ਜੇ ਉਹ ਵਿਚਾਰ ਨਹੀਂ ਫੁੱਲਦੇ ਤਾਂ ਉਹ ਮਤਲਬ ਬੁੱਤ ਨੇ, ਅਤੇ ਜੇ ਉਹ ਵਿਚਾਰ ਫੁੱਲਦੇ ਨੇ ਤਾਂ ਉਹਨਾਂ ਦਾ ਜਿਹੜਾ ਉਹ ਵਾਕਿਆ ਹੀ ਹੈ ਕਿ ਅਸੀਂ ਅੱਜ ਆਪਣੇ ਨੌਜਵਾਨਾਂ ਨੂੰ ਉਹਨਾਂ ਦੇ ਵਿਚਾਰਾਂ ਦੀ ਪੁਖਤਗੀ ਤੋਂ, ਉਹਦੀ ਮਜ਼ਬੂਤੀ ਤੋਂ ਔਰ ਉਹਨਾਂ ਦੀ ਸਾਰਥਕਤਾ ਤੋਂ ਮਤਲਬ ਜਿਹੜਾ ਹੈ ਜਾਣਕਾਰ ਨਹੀਂ ਕਰਾ ਰਹੇ। ਉਹਨਾਂ ਕਿਹਾ ਕਿ ਅੱਜ ਤੱਕ ਭਗਤ ਸਿੰਘ ਨੂੰ ਸ਼ਹੀਦ ਦਾ ਦਰਜਾ ਤੱਕ ਨਹੀਂ ਦਿੱਤਾ ਗਿਆ। ਸਾਡੀ 190 ਸਾਲ ਦੀ ਲੜਾਈ ਹੈ ਈਸਟ ਇੰਡੀਆ ਕੰਪਨੀ ਦੇ ਖਿਲਾਫ, ਪਹਿਲੇ 100 ਸਾਲ, ਉਸ ਤੋਂ ਬਾਅਦ ਫਿਰ ਸਿੱਧਾ ਅੰਗਰੇਜ਼ ਰਾਜ ਦੇ ਖਿਲਾਫ, ਉਹਦੇ ਸਾਰੇ ਇਤਿਹਾਸ ਨੂੰ ਸਾਨੂੰ ਇੱਕ ਮੁੱਠ ਹੋ ਕੇ ਦੇਖਣਾ ਚਾਹੀਦਾ, ਕਿਉਂਕਿ ਇੱਕ ਵਿਅਕਤੀ ਨੂੰ ਮਤਲਬ ਬਹੁਤਾ ਕਰਕੇ ਨਹੀਂ। ਤੋ ਇਸ ਕਰਕੇ ਜਿਹੜਾ ਸ਼ਹੀਦ ਦੀ ਰੁਤਬੇ ਦੀ ਬਜਾਏ ਸਾਨੂੰ ਇੱਕ ਨੈਸ਼ਨਲ ਰੋਲ ਆਫ ਆਨਰ ਕਿ ਅਸੀਂ ਇਹਨਾਂ ਲੋਕਾਂ ਦਾ ਮਤਲਬ ਨੇ ਕੰਟਰੀਬਿਊਟ ਕੀਤਾ, ਵੱਖਰੇ ਵੱਖਰੇ ਐਂਗਲ ਤੋਂ ਕੀਤਾ, ਵੱਖਰੀ ਤਰ੍ਹਾਂ ਕੀਤਾ, ਉਹਨਾਂ ਸਾਰਿਆਂ ਨੂੰ ਯਾਦ ਕਰੀਏ ਤਾਂ ਕਿ ਲੋਕ ਏਕਤਾ ਵਿੱਚ ਮਤਲਬ ਜਿਹੜੀ ਹੈਗੀ ਹੈ ਤਾਕਤ ਨੂੰ ਪਹਿਚਾਣ ਸਕਣ। ਜਲਿਆਂਵਾਲੇ ਬਾਗ ਨੂੰ ਲੈ ਕੇ ਵੀ ਉਹਨਾਂ ਕਿਹਾ ਕਿ ਉਸ ਨੂੰ ਨਿੱਜੀ ਹੱਥਾਂ 'ਚ ਦੇਣਾ ਬੇਹੱਦ ਮੰਦਭਾਗੀ ਗੱਲ ਹੈ। ਉਹਨਾਂ ਨੇ ਕਿਹਾ ਕਿ ਸਾਡੇ ਦੇਸ਼ ਦੇ ਇਤਿਹਾਸ ਨੂੰ ਕਮਰਸ਼ੀਅਲ ਨਹੀਂ ਬਣਾਉਣਾ ਚਾਹੀਦਾ। ਇਹ ਤਾਂ ਬਿਲਕੁਲ ਹੈ, ਇਹ ਜਿਹੜਾ ਮਤਲਬ ਪ੍ਰਾਈਵੇਟ ਇੰਟਰਸਟ ਵਿੱਚ ਉਹਨੂੰ ਦੇਣਾ ਹੈ, ਉਹਦਾ ਮਤਲਬ ਹੈ ਕਿ ਵੀ ਉਹ ਤਾਂ ਤੁਸੀਂ ਉਹਨੂੰ ਦੁਕਾਨਦਾਰੀ ਬਣਾ ਰਹੇ ਹੋ, ਬਜਾਏ ਉਹਦੀ ਇੱਕ ਜਿਹੜੀ ਕੌਮੀ ਵਿਰਾਸਤ ਹੈ ਉਹਨੂੰ ਕੀਤਾ ਜਾਵੇ। ਔਰ ਜਲਿਆਂਵਾਲੇ ਬਾਗ ਦੀ ਕੌਮੀ ਵਿਰਾਸਤ ਇਹ ਹੈ ਕਿ ਉਦੋਂ ਲੋਕਾਂ ਨੇ ਜਿਹੜੀ ਏਕਤਾ ਦਿਖਾਈ ਧਰਮਾਂ ਤੋਂ ਉੱਪਰ ਉੱਠ ਕੇ, ਜਾਤਾਂ ਤੋਂ ਉੱਪਰ ਉੱਠ ਕੇ, ਉਹਨੇ ਅੰਗਰੇਜ਼ ਨੂੰ ਕਮਾਇਆ ਸੀ ਔਰ ਉਹ ਉਹਨਾਂ ਦਾ ਵਿਰਸਾ ਹੈ। ਅਤੇ ਜਦੋਂ ਅਸੀਂ ਪ੍ਰਾਈਵੇਟ ਨੂੰ ਦਿਆਂਗੇ ਉਹ ਆਪਣੀ ਪ੍ਰਾਈਵੇਟ ਚੀਜ਼ਾਂ ਨੂੰ, ਔਰ ਦੂਜਾ ਹੈਗਾ ਕਿ ਇੰਨਾ ਨੰਗ ਨਹੀਂ ਹੈਗੇ ਅਸੀਂ ਕਿ ਅਸੀਂ ਲੋਕਾਂ ਕੋਲ ਪੈਸਾ ਇਕੱਠਾ ਕਰਕੇ ਬਣਾਈਏ, ਲੋਕ ਹਿੱਸੇਦਾਰ ਬਣਨ ਨੂੰ ਤਿਆਰ ਨੇ। ਔਰ ਮੈਂ ਤਾਂ ਖਟਖਟ ਕਲਾਂ ਵਾਸਤੇ ਵੀ ਹਮੇਸ਼ਾ ਇਹ ਕਿਹਾ, ਕਿਉਂਕਿ ਉਹ ਸਾਡੇ ਪਿਤਾ ਨਾਨਾ ਜੀ ਨੇ ਭਗਤ ਸਿੰਘ ਦੇ ਨਾਂ ਜ਼ਮੀਨ ਲਗਾਈ ਸੀ, ਇਸ ਕਰਕੇ ਲਾਈ ਸੀ ਕਿ ਲੋਕਾਂ ਨੂੰ ਖੁੱਲ੍ਹਾ ਜਿਹੜਾ ਮਤਲਬ ਉਹਨਾਂ ਨਾਲ ਮੁਲਾਕਾਤ ਦਾ ਮੌਕਾ ਮਿਲ ਸਕੇ, ਔਰ ਅਗਰ ਕਿਸੇ ਵੇਲੇ ਇਹ ਹੋਏਗੀ ਤਾਂ ਇਹਨੂੰ ਅਪੋਜ਼ ਕਰਨਾ ਚਾਹੀਦਾ। ਪ੍ਰੋਫੈਸਰ ਜਗਮੋਹਨ ਸਿੰਘ ਨੇ ਕਿਹਾ ਕਿ ਉਹਨਾਂ ਨੇ ਭਗਤ ਸਿੰਘ ਵੱਲੋਂ ਲਿਖੀਆਂ ਲਿਖਤਾਂ ਨੂੰ ਬਹੁਤ ਕਰੀਬ ਤੋਂ ਪੜ੍ਹਿਆ ਹੈ। ਉਹਨਾਂ ਨੇ ਸਿਰਫ ਦੇਸ਼ ਦੀ ਹੀ ਨਹੀਂ ਸਗੋਂ ਵਿਅਕਤੀਗਤ ਆਜ਼ਾਦੀ ਦੀ ਵੀ ਗੱਲ ਕਹੀ ਹੈ। ਦੇਖੋ, ਮੈਂ ਸਮਝਦਾ ਕਿ ਭਗਤ ਸਿੰਘ ਦਾ ਬਹੁਤ ਸਪਸ਼ਟ ਸੀਗੇ ਕਿ ਸਮਾਜ ਦੀ ਤਰੱਕੀ ਜਿਹੜੀ ਹੈ ਉਹ ਲੋਕਾਂ ਦੇ ਭਾਈਚਾਰੇ ਦੀ ਏਕਤਾ ਨਾਲ ਬਣਦੀ ਹੈ। ਮਤਲਬ ਧਰਮ ਲੜਨ ਵਾਸਤੇ ਨਹੀਂ ਹੁੰਦੇ, ਧਰਮ ਇਨਸਾਨੀ ਕਦਰਾਂ ਨੂੰ ਅੱਗੇ ਵਧਾਉਣ ਵਾਸਤੇ ਹੁੰਦੇ ਨੇ। ਹਰ ਧਰਮ ਦੇ ਵਿੱਚ ਇਨਸਾਨੀਅਤ ਦੀਆਂ ਕਦਰਾਂ ਨੇ, ਅਸੀਂ ਉਹਨਾਂ ਨੂੰ ਛੱਡ ਕੇ ਜੇ ਉਹਨਾਂ ਦੇ ਦਿਖਾਵੇ ਵਾਲੇ ਰੂਪ 'ਚ ਚਲੇ ਜਾਂਦੇ ਹਾਂ ਤਾਂ ਨੁਕਸਾਨ ਕਰਦੀਆਂ ਨੇ। ਉਹਨਾਂ ਦਾ ਇਹ ਵੀ ਕਹਿਣਾ ਸੀਗਾ ਕਿ ਵੀ ਭਾਈਚਾਰੇ ਵਿੱਚ ਅਸੀਂ ਜੇ ਲੋਕਾਂ ਨੂੰ ਬਰਾਬਰਤਾ ਦਾ ਇਨਸਾਨੀ ਹੱਕ ਨਹੀਂ ਦਿੰਦੇ ਤਾਂ ਅਸੀਂ ਮਤਲਬ ਉਹੀ ਗੁਨਾਹ ਕਰ ਰਹੇ ਹਾਂ ਜਿਹੜਾ ਗੁਨਾਹ ਮਤਲਬ ਵਿਦੇਸ਼ੀ ਸਰਕਾਰ ਸਾਡੇ 'ਤੇ ਕਰ ਰਹੀ ਹੈ। ਉਹਨਾਂ ਨੇ ਕਿਹਾ ਕਿ ਭਗਤ ਸਿੰਘ ਨੇ ਹਮੇਸ਼ਾ
ਦੇਸ਼ ਦੇ ਨੌਜਵਾਨਾਂ ਨੂੰ ਇਹ ਸੁਨੇਹਾ ਦਿੱਤਾ ਸੀ ਕਿ ਉਹ ਸਿਹਤਮੰਦ ਰਹਿਣ, ਮਿਹਨਤ ਕਰਨ ਅਤੇ ਹੌਸਲਾ ਨਾ ਛੱਡਣ। ਮੈਂ ਸਮਝਦਾ ਕਿ ਉਹਨਾਂ ਦੇ ਆਪਣੇ ਤਿੰਨ ਸ਼ਬਦ ਜਿਹੜੇ ਨੇ ਉਹ ਸਾਨੂੰ ਉਹਨਾਂ 'ਤੇ ਵਿਚਾਰਨਾ ਚਾਹੀਦਾ ਔਰ ਜੀਵਨ ਨੂੰ ਢਾਲਣਾ ਚਾਹੀਦਾ ਕਿ ਸਿਹਤ ਦਾ ਖਿਆਲ ਰੱਖਣਾ, ਮਤਲਬ ਸਵਸਥ ਸਿਹਤ ਕਿਵੇਂ ਹੋਣੀ ਹੈ, ਕਿਉਂਕਿ ਅੱਜ ਸਭ ਤੋਂ ਵੱਡਾ ਮਾਰਕੀਟ ਦਾ ਹਮਲਾ ਸਾਡੀ ਸਿਹਤ 'ਤੇ ਹੈ। ਹੌਸਲਾ ਛੱਡਣਾ ਨਹੀਂ ਚਾਹੀਦਾ, ਕਿਉਂਕਿ ਲੋਕ ਬੇਚੈਨ ਹੋ ਜਾਂਦੇ ਨੇ, ਮਤਲਬ ਹੌਸਲਾ ਛੱਡ ਕੇ ਜੇਕਰ ਕਾਮਯਾਬੀ ਨਹੀਂ, ਹੌਸਲਾ ਛੱਡਣਾ ਨਹੀਂ ਚਾਹੀਦਾ ਔਰ ਮਿਹਨਤ ਤੋਂ ਮੂੰਹ ਮੋੜਨਾ ਨਹੀਂ ਚਾਹੀਦਾ। ਰਿਪੋਰਟ, ਲੁਧਿਆਣਾ ਫਿਊ।